ਅਕਾਲ ਜੀ। ਫਾਈਨਲੀ ਸਾਡਾ ਅੱਜ ਇੱਕ ਸੁਪਨਾ ਪੂਰਾ ਹੋਇਆ ਹੈ। ਅਸੀਂ ਐਂਬੂਲੈਂਸ ਦੀ ਡਿਲੀਵਰੀ ਲੈਣ ਆਏ ਸਾਂ ਐਂਡ ਫਾਈਨਲੀ ਮਤਲਬ ਮੈਨੂੰ ਬੜੀ ਜ਼ਿਆਦਾ ਖੁਸ਼ੀ ਆਉਣ ਡੀ ਐਂਡ ਥੈਂਕ ਯੂ ਸੋ ਮਚ ਅਮਨ ਜੀ ਦਾ, ਇਹਨਾਂ ਦੀ ਪੂਰੀ ਫੈਮਿਲੀ ਦਾ, ਇਹਨਾਂ ਦੇ ਸਟਾਫ ਦਾ, ਜਿਨ੍ਹਾਂ ਨੇ ਸਾਰਿਆਂ ਰਲ ਕੇ ਹੈ ਨਾ ਸਾਡਾ ਸੁਪਨਾ ਪੂਰਾ ਕੀਤਾ। ਸੋ ਅਮਨ ਜੀ, ਸਾਰੇ ਵੇਖਦੇ ਪਏ ਨੇ, ਕੋਈ ਕਿਸੇ ਨੂੰ ਕੋਈ ਮੈਸੇਜ ਕੁਛ ਬੋਲਣਾ ਚਾਹੋਗੇ? ਇੱਕ ਐਨੀਮਲ ਲਵਰ ਵਾਸਤੇ ਸਭ ਤੋਂ ਵੱਡਾ ਦਿਨ ਆਹੀ ਹੁੰਦਾ ਕਿ ਜਦੋਂ ਹੈ ਨਾ ਉਹ ਸੁਪਨਾ ਕੋਈ ਦੇਖਦੇ ਨੇ ਆਪਣੇ ਬੱਚਿਆਂ ਵਾਸਤੇ, ਤੇ ਜਦੋਂ ਪੂਰਾ ਹੁੰਦਾ ਤੇ ਵਿੱਚ ਲੋਕਾਂ ਦਾ ਸਪੋਰਟ ਇੰਨਾ ਮਿਲਦਾ। ਕੁਛ ਬੋਲੋ ਸਾਡੇ ਵਿਊਅਰਸ ਨੂੰ। ਮੈਂ ਬਹੁਤ ਦਿਲਜੀਤ, ਮੈਂ ਤੁਹਾਡੇ ਲਈ, ਤੁਹਾਡੇ ਸਾਰੇ ਪਰਿਵਾਰ ਲਈ, ਸਾਰੇ ਜਿਹੜੇ ਤੁਹਾਡੇ ਕੋਲ ਬੱਚੇ ਨੇ 150, ਮੈਂ ਸਾਰਿਆਂ ਲਈ ਬਹੁਤ ਖੁਸ਼ ਹਾਂ। ਔਰ ਮੈਨੂੰ ਬੜੀ ਖੁਸ਼ੀ ਆ ਕਿ ਹੁਣ ਸਾਰੇ ਜਿਹੜੇ ਬੱਚੇ ਨੇ ਬੱਚੀ ਏਅਰ ਕੰਡੀਸ਼ਨਿੰਗ ਵੈਨ ਦੇ ਵਿੱਚ ਐਗਜੈਕਟਲੀ ਡਾਕਟਰਸ ਕੋਲੋਂ ਵੈਟ ਕੋਲੋਂ ਆਪਣੀ ਟ੍ਰੀਟਮੈਂਟ ਕਰਾ ਸਕਦੇ। ਡੈਫੀਨੇਟਲੀ ਐਂਡ ਸੀਰੀਅਸਲੀ, ਮਤਲਬ ਮੇਰੀ ਇਕੱਲੀ ਵਾਸਤੇ ਚੀਜ਼ਾਂ ਪੋਸੀਬਲ ਨਹੀਂ ਸਨ, ਤੁਹਾਡੇ ਸਾਰੇ ਜਿੰਨੇ ਵਿਊਅਰਸ ਨੇ ਸਾਰਿਆਂ ਦਾ ਸਪੋਰਟ ਹੈ ਨਾ। ਹੌਲੀ ਹੌਲੀ ਚੀਜ਼ ਨੂੰ ਇੰਨਾ ਅੱਗੇ ਲੈ ਕੇ ਜਾਵਾਂਗੇ, ਜਿਹੜਾ ਸਾਡਾ ਇੱਕ ਸ਼ੈਲਟਰ ਹੈ ਨਾ, ਮੈਨੂੰ ਇੱਕ ਗੁਰਦੁਆਰਾ ਮੰਦਿਰ ਬਣਾਉਣਾ ਚਾਹੁੰਦੀ ਹਾਂ ਕਿ ਦੁਨੀਆਂ 'ਚ ਮੈਂ ਰਵਾਂ ਜਾਂ ਨਾ ਰਵਾਂ, ਚੀਜ਼ਾਂ ਐਵੇਂ ਚੱਲਦੀਆਂ ਰਹਿਣ ਜਿਵੇਂ ਗੁਰਦੁਆਰੇ ਚੱਲਦੇ ਨੇ। ਸੋ ਥੈਂਕ ਯੂ ਸੋ ਮਚ ਸਾਰਿਆਂ ਦਾ, ਜਿੰਨੇ ਵੀ ਜਣੇ ਇੱਥੇ ਆਏ ਨੇ ਸਾਡੀ ਇਸ ਖੁਸ਼ੀ 'ਚ, ਸਾਰੇ ਹਾਈ ਕਰ ਦਿਓ ਇੱਕ ਵਾਰੀ। ਲਓ ਜੀ, ਹੈਲੋ ਜੀ, ਸਾਡੀ ਮਰੂਤੀ ਸੁਜ਼ੂਕੀ ਵਾਲੀ ਏਜੰਸੀ, ਕਿੱਥੇ ਵੇ? ਐਡਰੈਸ ਦੱਸੋ ਮਾੜਾ ਜਿਹਾ। ਦਿਲਪ੍ਰੀਤ ਭਾਜੀ ਨੇ ਕਰਨਾਲ ਤੋਂ, ਕਈ ਲੋਕੀ ਤੇ ਜਾਣਦੇ ਹੋਣਗੇ ਇਹਨਾਂ ਨੂੰ। ਕੋਵਿਡ ਤੋਂ ਟਾਈਮ ਤੋਂ ਮੈਂ ਅਨਫੋਲੋਇੰਗ ਕਰ ਮੈਂ ਦੇਖਿਆ ਬਹੁਤ ਦਿਨ ਰਾਤ ਬਹੁਤ ਦੁਨੀਆ ਫਾਲਤੂ ਨੂੰ ਬੋਲਦੀ ਹੈ, ਬਟ ਸਟਿਲ ਸ਼ੀ ਇਜ਼ ਡੂਇੰਗ ਹਰ ਬੈਸਟ। ਨਹੀਂ, ਤੁਸੀਂ ਵੀ ਬੜਾ ਵਧੀਆ ਉਦੋਂ ਸਟੈਪ ਲਿੱਤਾ ਜਦੋਂ ਆਪਾਂ ਗੱਲਬਾਤ ਕੀਤੀ, ਜਦ ਮੈਂ ਬਿਕੋਜ਼ ਤਾਂ ਲਿੱਤਾ ਨਾ, ਬਿਕੋਜ਼ ਇਹ ਅੱਛਾ ਕੰਮ ਕਰ ਰਹੀ ਤੇ ਅਸੀਂ ਅੱਛਾ ਸਟੈਪ ਲਿਆ। ਲਓ ਜੀ, ਸਾਡੀ ਸਾਰੀ ਟੀਮ ਇੱਧਰ ਵੇਖੋ। ਲਓ ਜੀ, ਕੰਗ੍ਰੈਚੁਲੇਸ਼ਨ ਜੀ, ਕੰਗ੍ਰੈਚੁਲੇਸ਼ਨ ਸਾਰੇ ਤੁਹਾਨੂੰ ਅਮਨ ਜੀ, ਤਾਂ ਸਾਰਿਆਂ ਨੂੰ ਮਤਲਬ ਵਧਾਈਆਂ ਦੇਣ ਦੇ ਨੇ ਸਾਰੇ ਜਣੇ। ਯਾ ਥੈਂਕ ਯੂ, ਯਾ ਥੈਂਕ ਯੂ, ਥੈਂਕ ਯੂ। ਚਲੋ ਆਜੋ, ਕੇਕ ਕੱਟੀਏ, ਚਲੋ ਆਜੋ। ਠੀਕ ਹੈ, ਜਿਹਨਾਂ ਦੀ ਲੋੜ ਹੋਏ ਨਾ, ਮਤਲਬ ਮੇਰੇ ਕੋਲ ਜਿਹੜਾ ਖਾਲੀ ਨਾ ਜਾਏ, ਭਾਵੇਂ ਕੋਈ ਸਾਹ ਨਹੀਂ ਦਿਖਾਵੇ।
ਚਲੋ ਜੀ ਮੈਂ ਲਾਈਵ ਐਂਡ ਕਰਨ ਲੱਗੀ ਹਾਂ, ਬਾਕੀ ਤੁਹਾਨੂੰ ਸ਼ੇਅਰ ਕਰਾਂਗੇ ਵੀਡੀਓਜ਼, ਪੂਰੀ ਜਰਨੀ ਸ਼ੇਅਰ ਕਰਾਂਗੀ ਅਮਨ ਜੀ ਦੀ ਕਿ ਮੈਨੂੰ ਕਿਵੇਂ ਮਿਲੇ, ਹੈ ਨਾ, ਕਿਵੇਂ ਐਂਬੂਲੈਂਸ ਦਾ ਪਲਾਨ ਬਣਿਆ, ਸਾਰੀ ਚੀਜ਼ਾਂ, ਠੀਕ ਹੈ। ਇੱਕ ਇਹਦੇ ਪਿੱਛੇ ਵੀ ਇੱਕ ਪੂਰੀ ਮਤਲਬ ਕਹਾਣੀ ਹੈ ਜੋ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਸਾਨੂੰ ਸਪੋਰਟ ਕਰਨ ਵਾਸਤੇ ਲੋਕ ਆਪਣੀ ਲਾਈਫ 'ਚ ਕਿੰਨਾ ਕੁਛ ਸੈਕਰੀਫਾਈਜ਼ ਕਰਦੇ ਨੇ। ਨਹੀਂ ਤਾਂ ਅੱਜ ਦੇ ਟਾਈਮ 'ਚ ਰਿਸ਼ਤੇਦਾਰਾਂ ਕੋਲੋਂ 1000 ਰੁਪਇਆ ਮੰਗ ਲਓ ਨਾ, ਕੋਈ 1000 ਰੁਪਇਆ ਦੇ ਕੇ ਰਾਜੀ ਨਹੀਂ ਹੈ, ਠੀਕ ਹੈ। ਬਾਕੀ ਚੀਜ਼ਾਂ ਮੈਂ ਬਾਅਦ 'ਚ ਸ਼ੇਅਰ ਕਰਾਂਗੀ। ਥੈਂਕ ਯੂ ਸੋ ਮਚ ਸਾਡੇ ਨਾਲ ਜੁੜਨ ਵਾਸਤੇ। ਬਾਏ ਬਾਏ ਜੀ, ਬਾਏ ਬਾਏ।